ਟਰੈਕਟਰ ਦੇ ਵਿੱਚ ਆਪਾਂ ਗੇਅਰਬੋਕਸ ਅਗਲੇ ਹੌਜ਼ਿੰਗ ਟਾਇਰ ਵਗੈਰਾ ਦੀ ਫਿਟਿੰਗ ਕਰਤੀ। ਅੱਛਾ, ਗੁਰੂ ਨਾਨਕ ਟੂਕੇ ਪੇਂਟ ਜੋ ਆਪਾਂ ਫਰੀਦਕੋਟ ਰੋਡ ਤੇ ਆ। ਸਵਾਗਤ ਹੈ ਵੀ ਸੱਜਣੋ ਆਪਣਾ ਚੈਨਲ ਜੀ ਐਨ ਟੀ ਬਰਗਾੜੀ ਤੇ, ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਆਓ ਸੱਜਣੋ ਗੱਲਬਾਤ ਕਰਦੇ ਹਾਂ ਤੁਹਾਡੇ ਨਾਲ, ਜੋ ਆਪਣੇ ਕੋਲ ਸੋਨਾਲੀਕਾ ਨੋਇਡਾ ਤੋਂ ਖੁੱਲਿਆ ਵਾ। ਸੋ ਇਸ ਟਰੈਕਟਰ ਦੇ ਵਿੱਚ ਆਪਾਂ ਗੇਅਰਬੋਕਸ ਅਗਲੇ ਹੌਜ਼ਿੰਗ ਟਾਇਰ ਵਗੈਰਾ ਦੀ ਫਿਟਿੰਗ ਕਰਤੀ। ਸੋ ਅੱਜ ਦੇ ਵਲੋਗ ਦੇ ਵਿੱਚ ਤੁਹਾਨੂੰ ਇੱਕ ਤਾਂ ਇਹਦੀ ਲਿਫਟ ਫਿਟਿੰਗ ਦਿਖਾਵਾਂਗੇ, ਲਿਫਟ ਆਪਾਂ ਕਿੱਦਾਂ ਫਿੱਟ ਕਰਦੇ ਹਾਂ ਟਰੈਕਟਰ ਦੀ ਸੋਨਾਲੀਕਾ ਦੀ, ਸਾਰੀ ਫਿਟਿੰਗ ਦਿਖਾਵਾਂਗੇ, ਜ਼ਰੂਰ ਦੇਖਣਾ। ਅਤੇ ਬਾਕੀ ਜਿਹੜੇ ਭਰਾ ਨਵੇਂ ਜੁੜੇ ਨੇ ਚੈਨਲ ਦੇ ਨਾਲ, ਉਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਇੱਕ ਵੀਡੀਓ ਨੂੰ ਜ਼ਰੂਰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਆ ਕਰੋ। ਇਸ ਸੋਨਾਲੀਕਾ ਦੇ ਵਿੱਚ ਲਿਫਟ ਦੇ ਆਪਾਂ ਡਿਸਟ੍ਰੀਬਿਊਟਰ ਬਿਲਕੁਲ ਠੀਕ ਸੀਗਾ, ਸਿਰਫ ਓਰਿੰਗ ਪਾਏ ਨੇ ਉਹਦੇ ਜੋ ਪਿਸਟਨ ਹੁੰਦਾ, ਬਾਕੀ ਜੋ ਰਬੜਿੰਗ ਕਿੱਟ ਵਗੈਰਾ ਸਾਰੀ ਆਪਾਂ ਸੈਂਸਿੰਗ ਰਾਡ ਦਾ ਸਾਰਾ ਸਿਸਟਮ ਚੈੱਕ ਕਰਕੇ ਅਤੇ ਇਹਨੂੰ ਫਿੱਟ ਕਰ ਦਿਆਂਗੇ। ਬਾਕੀ ਇਹਦੇ ਵਿੱਚ ਸ਼ਾਫਟ ਆ ਜਿਹੜੀ ਆਪਣੀ ਆਰਮ ਵਾਲੀ, ਉਹ ਨਵੀਂ ਪਾਈ ਹੈ। ਆਓ ਕਰਦੇ ਹਾਂ ਫਿਟਿੰਗ ਸ਼ੁਰੂ। ਬਾਕੀ ਜੋ ਆਪਣੇ ਕੋਲ ਵਿੱਕੀ ਪਾਈ ਦਾ ਸਵਰਾਜ ਦਾ ਪੇਂਟ ਜੋਬ ਚੱਲ ਰਹੀ ਆ, ਉਹਦਾ ਪੇਂਟ ਦਾ ਵਰਕ ਆਪਣਾ ਚੱਲ ਹੀ ਰਿਹਾ ਗਾ। ਕਹਿਣ ਦਾ ਮਤਲਬ ਇੱਕ ਹਫ਼ਤੇ ਦੇ ਵਿੱਚ ਆਪਾਂ ਇਹਦਾ ਪੇਂਟ ਪ੍ਰੋਸੈਸ ਆਪਾਂ ਡਨ ਕਰ ਦਿਆਂਗੇ, ਫਿਰ 2-4 ਦਿਨਾਂ ਦੇ ਵਿੱਚ ਆਪਾਂ ਨੂੰ ਫਿੱਟ ਕਰ ਦਿਆਂਗੇ। ਬਾਕੀ ਆਪਾਂ ਇਹਦੇ ਕੁਝ ਨਟ ਬੋਲਟ ਨੇ ਉਹ ਰਿਟੇਲਿੰਗ ਲਈ ਭੇਜਾਂਗੇ ਆਪਾਂ, ਕੁਝ ਨਟ ਬੋਲਟ ਨੇ ਵਿੱਚ ਇਹਦੇ, ਕੁਝ ਆਪਾਂ ਉਹ ਨਿਕਲ ਕਰਨੇ ਭੇਜਾਂਗੇ ਕਰੋਮ ਕਰਨ ਲਈ, ਮੋਗੇ ਭੇਜਦੇ ਹਾਂ ਜਾਂ ਕਿੱਥੇ ਭੇਜਦੇ ਉਹ ਦੇਖਦੇ ਹਾਂ ਆਪਾਂ ਨੂੰ। ਬਾਕੀ ਕੁਝ ਚੀਜ਼ਾਂ ਕਰੋਮ ਕਰਾਉਣੀਆਂ ਸੀ ਉਹ ਭਰਾ ਫੜਾਉਣ ਚਲੇ ਗਏ। ਆਓ ਕਰਦੇ ਹਾਂ ਵਰਕ ਦੀ ਸਟਾਰਟਿੰਗ। ਸੋ ਜੁੜੇ ਰਹੋ ਵੀਡੀਓ ਦੇ ਨਾਲ ਤੁਸੀਂ। ਹਾਂ ਵੀ ਸੱਜਣੋ, ਜੋ ਆਪਣਾ ਲਿਫਟ ਆਪਣੀ ਵਾਸ਼ ਹੋ ਗਈ ਆ ਅਤੇ ਲਿਫਟ ਦਾ ਸਾਰਾ ਪਾਰਟ ਆਪਣਾ ਵਾਸ਼ ਹੋ ਗਿਆ, ਕਿਉਂਕਿ ਇਹ ਸਾਰੇ ਸਮਾਨ ਦੀ ਆਪਾਂ ਚੰਗੀ ਤਰ੍ਹਾਂ ਸਫਾਈ ਕਰਕੇ ਐਨ ਵਧੀਆ ਤਰੀਕੇ ਨਾਲ ਚਿਣ ਲਿਆ ਆਪਾਂ ਇਹਨੂੰ ਅਤੇ ਚੈਕਿੰਗ ਕਰ ਲਈ ਆਪਾਂ ਸਾਰੇ ਪਾਰਟ ਦੀ, ਕਿਉਂਕਿ ਇਸ ਟਰੈਕਟਰ ਦੇ ਵਿੱਚ ਜੋ ਪਾਰਟਸ ਪੈਣਾ ਉਹ ਵੀ ਆਪਾਂ ਮੰਗਾ ਲਿਆ ਸੀਗਾ, ਸਾਰਾ ਤੁਹਾਨੂੰ ਦਿਖਾਉਂਦੇ ਹਾਂ ਕੀ ਆਪਾਂ ਪਾਰਟ ਇਹਦੇ ਟਰੈਕਟਰ ਦੇ ਵਿੱਚ ਬਦਲਾਂਗੇ।
ਬਾਕੀ ਤੁਹਾਡੇ ਨਾਲ ਦੋ ਤਿੰਨ ਗੱਲਾਂ ਦੀ ਡਿਸਕਸ ਕਰਦੇ ਹਾਂ। ਜਦੋਂ ਤੁਸੀਂ ਟਾਪੇ ਨੂੰ ਖੋਲੋ, ਫਿਲਹਾਲ ਤਾਂ ਜੋ ਮਕੈਨਿਕ ਵੀਰ ਆਪਣੇ ਆਪ ਰਿਪੇਅਰ ਕਰਦੇ ਨੇ, ਚਲੋ ਉਹਨਾਂ ਲਈ ਤਾਂ ਵਧੀਆ ਗੱਲ ਆ, ਬਾਕੀ ਕਈ ਖੋਲਦੇ ਨੇ ਟਾਪਾ, ਤੁਸੀਂ ਉਹ ਭੇਜ ਦਿੰਦੇ ਹੋ ਲਿਫਟ ਵਾਲੇ ਕੋਲ, ਚਲੋ ਅਗਲੇ ਦੀ ਮਰਜ਼ੀ ਹੁੰਦੀ ਜੇ ਫਿੱਟ ਕਰਨਾ ਆਪ ਕਰਨਾ ਚਾਹੇ ਕਿਸੇ ਤੋਂ ਕਰਾਉਣਾ, ਆਪਾਂ ਨੂੰ ਉਹਦੇ ਬਾਰੇ ਨਹੀਂ ਪਤਾ। ਜਿਹੜਾ ਵੀ ਵੀਰ ਆਪਣੇ ਲਿਫਟ ਖੋਲਦਾ ਉਹਦੇ ਨਾਲ ਦੋ ਤਿੰਨ ਚੀਜ਼ਾਂ ਦਾ ਧਿਆਨ ਰੱਖਦੇ ਹਾਂ ਗੱਲਾਂ ਦਾ। ਜਦੋਂ ਵੀ ਤੁਸੀਂ ਲਿਫਟ ਖੋਲੋ, ਸਭ ਤੋਂ ਪਹਿਲਾਂ ਮੇਨ ਚੀਜ਼ਾਂ ਚੈੱਕ ਕਰਨ ਵਾਲੀਆਂ ਕੀ ਹੁੰਦੀਆਂ ਗਾ, ਸਭ ਤੋਂ ਪਹਿਲਾਂ ਆਪਾਂ ਨੂੰ ਡਿਸਟ੍ਰੀਬਿਊਟਰ ਅਤੇ ਪਿਸਟਨ ਦੀ ਚੈਕਿੰਗ ਕਰਨੀ ਹੁੰਦੀ ਆ, ਕੋਈ ਸਲੀਵ ਤਾਂ ਨਹੀਂ ਕੱਟੀ ਜਾਂ ਕੋਈ ਵਾਲ ਤਾਂ ਢਿੱਲਾ ਪਿਸਟਨ ਦਾ ਜਾਂ ਦੂਜਾ ਡਿਸਟ੍ਰੀਬਿਊਟਰ ਦਾ ਸੋਰੀ। ਬਾਕੀ ਉਸ ਤੋਂ ਬਾਅਦ ਆਪਾਂ ਦੇਖਣਾ ਪਊਗਾ ਕੋਈ ਪਿੰਨ ਤਾਂ ਢਿੱਲੀ। ਇੱਕ ਇਹਦੇ ਵਿੱਚ ਮੇਨ ਰੋਲ ਮੇਨ ਪ੍ਰੋਬਲਮ ਹੁੰਦੀ ਸੋਨਾਲੀਕਾ ਦੀ ਲਿਫਟ ਦੇ ਵਿੱਚ ਆ ਗੋਲੀਆਂ ਵਗੈਰਾ 'ਚ ਪਲੇ, ਕਿਉਂਕਿ ਤੁਸੀਂ ਦੇਖਿਆ ਹੋਣਾ ਕਈ ਟਰੈਕਟਰਾਂ ਦੇ ਵਿੱਚ ਡੰਡਾ ਝਰਨਾਟ ਕਰਦਾ ਸੋਨਾਲੀਕਾ ਦੇ ਵਿੱਚ, ਅਕਸਰ ਪ੍ਰੋਬਲਮ ਆਉਂਦੀ ਹੈ ਡੱਡੂ ਟਾਪੇ ਦੇ ਵਿੱਚ ਜਿਹਦੇ ਸ਼ੋਰਟ ਟਾਪਾ ਲੱਗਿਆ ਹੋਇਆ। ਤੁਹਾਡੇ ਟਰੈਕਟਰ ਚੱਲਦਾ ਹੋਊਗਾ, ਤੁਸੀਂ ਦੇਖਿਆ ਹੋਣਾ ਕੰਟਰੋਲ ਨੂੰ ਨੀਵਾਂ ਕਰ ਦੋਗੇ ਫਿਰ ਤਾਂ ਡੰਡਾ ਧੜਕਣੋਂ ਹਟ ਜਾਂਦਾ, ਜੇ ਡੰਡਾ ਮਤਲਬ ਤੁਸੀਂ ਕੰਟਰੋਲ ਨੂੰ ਸਹੀ ਥਾਂ 'ਤੇ ਰੱਖਦੇ ਤੁਹਾਡਾ ਡੰਡਾ ਧੜਕਦਾ ਅਤੇ ਝਰਨਾਟ ਦੀ ਆਵਾਜ਼ ਆਉਂਦੀ ਹੋਣੀ ਆ। ਉਹ ਮੇਨ ਪ੍ਰੋਬਲਮ ਆਉਂਦੀ ਹੈ ਤੁਹਾਡੀ ਆ ਸੈਂਸਿੰਗ ਪੁਰਜੇ ਦੇ ਵਿੱਚ, ਇਹਨੂੰ ਸੈਂਸਿੰਗ ਹੌਜ਼ਿੰਗ ਵੀ ਕਹਿ ਦਿੰਦੇ ਆਪਾਂ। ਇਹਦੇ ਵਿੱਚ ਮੇਨ ਪ੍ਰੋਬਲਮ ਹੁੰਦੀ ਆ, ਜਦੋਂ ਇਹਦੀ ਮੇਨ ਪ੍ਰੋਬਲਮ ਮੈਂ ਤੁਹਾਨੂੰ ਦੱਸ ਵੀ ਦਿੰਦਾ, ਥੋੜ੍ਹੀ ਹਿੰਟ ਦੇ ਦਿੰਦਾ, ਜਦੋਂ ਤੁਹਾਡੀ ਤੁਸੀਂ ਸਪ੍ਰਿੰਗ ਦੇ ਉੱਪਰ ਦਾਬ ਨਹੀਂ ਰੱਖਦੇ ਉਦੋਂ ਹੀ ਇਹ ਪ੍ਰੋਬਲਮ ਆਉਂਦੀ ਆ, ਜਾਂ ਜਦੋਂ ਨਟ ਨੂੰ ਜ਼ਿਆਦਾ ਤੁਸੀਂ ਟਾਈਟ ਕਰਦੇ ਨੇ ਤਾਂ ਤੁਹਾਨੂੰ ਪ੍ਰੋਬਲਮ ਆਉਂਦੀ ਆ। ਨੰਬਰ 2 'ਤੇ ਪ੍ਰੋਬਲਮ ਆਉਂਦੀ ਜਦੋਂ ਤੁਹਾਡੀ ਆ ਗੋਲੀਆਂ ਜਿਹੜੇ ਰੂਲਰ ਹੁੰਦੇ ਨੇ ਵਿੱਚ ਚੱਲਦੇ ਨੇ ਆ, ਇਹਨਾਂ ਦੇ ਵਿੱਚ ਪਲੇ ਪੈ ਜੇ, ਅਤੇ ਸੈਂਸਿੰਗ ਵਾਲਾ ਰੂਲਰ ਆ ਹੁੰਦਾ ਮੇਨ, ਜਦੋਂ ਇਹਦੇ ਵਿੱਚ ਪਲੇ ਪੈ ਜੇ ਤੁਹਾਡੀ ਤਾਂ ਇਹ ਪ੍ਰੋਬਲਮ ਆਉਂਦੀ ਹੈ ਲਿਫਟ ਦੇ ਵਿੱਚ। ਬਾਕੀ ਪ੍ਰੋਬਲਮਾਂ ਤਾਂ ਕਈ ਹੁੰਦੀਆਂ ਗਾ, ਜਿਵੇਂ ਡਿਸਟ੍ਰੀਬਿਊਟਰ ਦਾ ਜੇ ਵਾਲ ਹੀ ਲੀਕ ਹੋ ਗਏ ਤਾਂ ਵੀ ਪ੍ਰੋਬਲਮ ਆਊਗੀ, ਬਾਕੀ ਬਹੁਤ ਪ੍ਰੋਬਲਮਾਂ ਹੁੰਦੀਆਂ ਗੀਆਂ ਧੜਕਣ ਦੀਆਂ। ਮੇਨ ਧੜਕਣ ਦੀ ਪ੍ਰੋਬਲਮ ਇਹਦੀ ਸੈਂਸਿੰਗ ਹੌਜ਼ਿੰਗ ਦੇ ਵਿੱਚ ਹੁੰਦੀ ਹੈ ਜ਼ਿਆਦਾਤਰ। ਚਲੋ ਬਾਕੀ ਆਪਣਾ ਪੈਨ ਵਗੈਰਾ ਆਪਣੀ ਚੈਕਿੰਗ ਕਰਨੀ ਹੁੰਦੀ ਹੈ ਜ਼ਰੂਰੀ ਗੁੱਲੇ ਦੀ, ਇਹ ਮੇਨ ਮੇਨ ਚੀਜ਼ਾਂ ਤੁਸੀਂ ਚੈਕਿੰਗ ਕਰਨਾ ਜਦੋਂ ਟੈਪੇ ਦੀ ਜੋਬ ਕਰੋ, ਓਵਰਆਲ ਜੋਬ ਕਰੋ। ਅਤੇ ਚਲੋ ਬਾਕੀ ਤਾਂ ਆਪਣੇ ਨਾਲੋਂ ਭਰਾ ਬਹੁਤ ਸਿਆਣੇ ਨੇ, ਬਹੁਤ ਸਿਆਣੇ ਮਿਸਤਰੀ ਨੇ, ਆਪਾਂ ਤਾਂ ਸਿਰਫ ਤੁਹਾਡੇ ਕੋਲੋਂ ਸਿੱਖ ਰਹੇ ਹਾਂ, ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਕਰ। ਅਤੇ ਆਓ ਅੱਜ ਗੱਲਬਾਤ ਕਰਦੇ ਤੁਹਾਨੂੰ ਟਾਪੇ ਦੇ ਵਿੱਚ ਕੀ ਆਪਾਂ ਪਾਰਟ ਨਵਾਂ ਪਾ ਰਹੇ ਹਾਂ। ਇਸ ਟਾਪੇ ਦੇ ਵਿੱਚ ਆਪਾਂ ਮੇਨ ਤਾਂ ਜੋ ਨਵੇਂ ਮਾਡਲ ਵਾਲੇ ਲੀਵਰ ਹੁੰਦੇ ਨੇ ਸੋਨਾਲੀਕਾ ਕੰਪਨੀ ਦੇ ਯੂਜ਼ ਕਰ ਰਹੇ ਹਾਂ, ਆ ਦੇਖੋ ਜਿਹਦੀ ਲਿਸਟ ਹੈਗੀ 255 ਰੁਪਈਏ ਕਲੀਵਰ ਦੀ, ਰੈੱਡ ਐਂਡ ਬਲੈਕ ਵਾਲਾ, ਕਿਉਂਕਿ ਇਹ ਟਰੈਕਟਰ ਅਸੀਂ ਮੋਡੀਫਾਈ ਕਰਨਾ ਹੁੰਦਾ, ਇਹਦੀ ਨਵੇਂ ਨੋਬਸ ਜਿਹੜੇ ਨੇ ਨਵੇਂ ਨਹੀਂ ਆਉਂਦੇ ਕਿਉਂਕਿ ਸਾਨੂੰ ਲੀਵਰੀ ਕੰਪਲੀਟ ਬਦਲਣਾ ਪੈਂਦਾ। ਬਾਕੀ ਇਸ ਟਾਪੇ ਦੇ ਵਿੱਚ ਬੁਸ਼ ਆਪਾਂ ਏਜੰਸੀ 'ਚੋਂ ਲੈ ਕੇ ਆਉਂਦੇ ਨੇ ਨਵੇਂ, ਆਹ ਦੇਖੋ ਸੋਨਾਲੀਕਾ ਕੰਪਨੀ ਦੇ ਐਂਡ ਜੈਨੂਨ ਬੁਸ਼, ਕਿਉਂਕਿ ਜਿਹੜਾ ਮੈਂ ਪਾਰਟ ਯੂਜ਼ ਕਰਦਾ ਸਾਰਾ ਜੈਨੂਨ ਹੀ ਯੂਜ਼ ਕਰਦਾ, ਤੁਹਾਨੂੰ ਅੱਗੇ ਵੀ ਮੈਂ ਤੁਹਾਡੇ ਨਾਲ ਡਿਸਕਸ ਕਰਦਾ ਨਾ ਵੀ ਮੈਂ ਦੇਸੀ ਪਾਰਟਸ ਨਹੀਂ ਯੂਜ਼ ਕਰਦਾ। ਬਾਕੀ ਇਹਦੇ ਵਿੱਚ ਆਹ ਦੇਖੋ ਰਬੜ ਰਿੰਗ ਹੋ ਗਏ ਟਾਪੇ ਦੇ, ਬਾਕੀ ਜੋ ਆ ਲੀਵਰ ਵਾਲੀਆਂ ਰਬੜਾਂ ਹੋਊਗੀਆਂ, ਸਟੋਪਰ ਹੋ ਗਏ, ਆਹ ਬੈਕਅਪ ਕਿੱਟ ਹੋ ਗਈ ਇਹਦੀ ਵੀ ਕੰਪਨੀ ਦੀ ਹੋ ਗਈ, ਸੈਂਸਿੰਗ ਬੂਟ ਹੋ ਗਿਆ ਇਹ ਵੀ ਜੈਨੂਨ ਕੰਪਨੀ ਦਾ, ਬਾਕੀ ਆ ਰਬੜ ਰਿੰਗ ਕਿੱਟ ਜਿਹੜੀ ਡਿਸਟ੍ਰੀਬਿਊਟਰ ਦੇ ਵਿੱਚ ਸਾਰੇ ਪੈਣੇ ਨੇ ਲਿਫਟ ਟਾਪੇ ਦੇ ਵਿੱਚ, ਸਾਰੀ ਰਬੜ ਰਿੰਗ ਕਿੱਟ ਆਪਾਂ ਵੀ ਏਜੰਸੀ 'ਚੋਂ ਲੈ ਕੇ ਆਏ ਹਾਂ। ਇਹਦੀ ਪੈਕਿੰਗ ਤੁਹਾਨੂੰ ਦਿਖਾ ਦਿੰਦਾ, ਆਹ ਪੈਕਿੰਗ 'ਚੋਂ ਕੱਢੇ ਆਪਾਂ, ਆਹ ਪਾਰਟ ਨੰਬਰ ਵੀ ਦੇਖ ਲਓ ਤੁਸੀਂ, ਰਿੰਗ ਕਿੱਟ ਆਏ ਸਾਰੀ ਲਿਫਟ ਟਾਪੇ ਦੀ। ਬਾਕੀ ਇਹਦੇ 'ਚ ਸ਼ਾਫਟ ਵੀ ਆਪਾਂ ਨਵੀਂ ਪਾਵਾਂਗੇ, ਬਾਕੀ ਸ਼ਾਫਟ ਇਹਦੇ ਵਿੱਚ ਇਹ ਕੰਪਨੀ ਦੀ ਨਹੀਂ ਆਪਾਂ ਨੂੰ ਮਿਲੀ, ਇਹ ਵੈਂਡਰ ਦੀ ਮਿਲੀ ਆਪਾਂ ਨੂੰ,
ਕਿਉਂਕਿ ਕੰਪਨੀ ਨੇ ਸ਼ਾਫਟ ਬੰਦ ਕਰਤੀ ਕਿਉਂਕਿ ਨਵੇਂ ਟਾਪੇ ਦੇ ਵਿੱਚ ਸ਼ਾਫਟ ਥੋੜ੍ਹੀ ਜਿਹੀ ਮੋਟੀ ਆ ਗਈ ਅਤੇ ਆਹ ਝਰੀ ਆ ਗਈ ਲੋਕ ਵਾਲੀ, ਕਿਉਂਕਿ ਇਸ ਟਾਪੇ ਦੇ ਵਿੱਚ ਆਪਾਂ ਨੂੰ ਬੁਲਟ ਵਾਲੀ ਸ਼ਾਫਟ ਚਾਹੀਦੀ ਸੀ। ਪਰ ਹੈ ਕੰਪਨੀ ਦੀ, ਇਹ ਰੇਨ ਵਾਲਾ ਸ਼ਾਫਟ, ਪਰ ਲੇਕਿਨ ਇਹ ਕੰਪਨੀ ਦੀ ਪੈਕਿੰਗ 'ਚ ਨਹੀਂ, ਇਹ ਵੈਂਡਰ ਦੀ ਸ਼ਾਫਟ ਆ। ਕਿਉਂਕਿ ਜੋ ਵੀ ਕੰਮ ਅਸੀਂ ਕਰਦੇ ਹਾਂ ਦੱਸ ਕੇ ਕਰਦੇ ਹਾਂ, ਨਾ ਕਿ ਸਾਡਾ ਕੋਈ ਉਹਲਾ ਉਸ ਕੰਮ ਦੇ ਵਿੱਚ। ਮੈਂ ਤੁਹਾਡੇ ਤੋਂ ਇਸ ਸ਼ਾਫਟ ਦਾ 3200-3300 ਰੁਪਏ ਲੈ ਲਾਂ ਰੇਨ ਨਾਲ ਪਾ ਕੇ, ਪਰ ਮੇਰੀ ਮਾੜੀ ਗੱਲ ਆ, ਇਹ ਸਿਰਫ 1600-1700 ਦੀ ਸ਼ਾਫਟ ਆ ਕਿਉਂਕਿ ਆਮ ਆ। ਅਤੇ ਬਾਕੀ ਜੇ ਕੰਪਨੀ ਦੀ ਇਹ ਸ਼ਾਫਟ ਹੁੰਦੀ ਉਹ 3500-3000 ਦੇ ਨੇੜੇ ਤੱਕ ਸ਼ਾਫਟ ਆ। ਅਤੇ ਆਓ ਕਰਦੇ ਹਾਂ ਟਾਪੇ ਦੀ ਫਿਟਿੰਗ। ਸਭ ਤੋਂ ਪਹਿਲਾਂ ਫਿਟਿੰਗ ਹੋਊਗਾ ਆਪਣਾ ਜੀ ਲੀਵਰਾਂ ਦੀ ਪੋਜੀਸ਼ਨ, ਜਿਹੜੇ ਲੀਵਰ ਨੇ ਐਨ ਜੋ ਸਾਰੇ ਪੋਜੀਸ਼ਨ ਲੀਵਰ ਅਤੇ ਐਨ ਜੋ ਵਿਚਲੇ ਲੀਵਰ ਸਕੰਜੇ ਨੇ ਸਾਰੇ ਫਿੱਟ ਹੋਣਗੇ, ਅਤੇ ਉਸ ਤੋਂ ਬਾਅਦ ਹੀ ਡਿਸਟ੍ਰੀਬਿਊਟਰ ਦੀ ਫਿਟਿੰਗ ਹੋਊਗੀ। ਆਓ ਕਰਦੇ ਹਾਂ ਫਿਟਿੰਗ। ਚਲੋ ਜੋ ਆਪਾਂ ਵਿੱਕੀ ਭਾਈ ਦਾ ਟਰੈਕਟਰ ਦਾ ਪਾਰਟਸ ਲੈਣ ਆਏ ਸੀਗੇ, ਜੋ ਆਪਾਂ ਰੰਗ ਵਾਲੀ ਸ਼ੋਪ 'ਤੇ ਖੜ੍ਹੇ ਹਾਂ। ਕੀ ਨਾਮ ਆ ਭਰਾਈ ਸ਼ੋਪ ਦਾ ਆਪਣੀ ਦਾ? ਗੁਰੂ ਨਾਨਕ ਟੂਕੇ ਪੇਂਟ। ਅੱਛਾ, ਗੁਰੂ ਨਾਨਕ ਟੂਕੇ ਪੇਂਟ। ਜੋ ਆਪਾਂ ਫਰੀਦਕੋਟ ਰੋਡ 'ਤੇ ਆ ਇਸ ਟਾਈਮ ਖੜ੍ਹੇ, ਜੋ ਆਪਾਂ ਸਵਰਾਜ ਟਰੈਕਟਰ ਦਾ ਕੁਝ ਇੱਕ ਤਾਂ ਵਾਈਟ ਪੇਂਟ ਲੈਣਾ ਸੀਗਾ, ਕੁਝ ਅਸਤਰ ਵਗੈਰਾ ਪ੍ਰਾਈਮਰ ਲੈਣੇ ਸੀ ਜੋ ਟੂਕੇ 'ਤੇ ਲਏ ਨੇ ਆਪਣੇ। ਬਾਕੀ ਇਹਨਾਂ ਕੋਲ ਆਈਟਮ ਦਿਖਾ ਦੇਣਾ ਜੋ ਤੁਹਾਨੂੰ ਕਿਸੇ ਭਰਾ ਨੂੰ ਜ਼ਰੂਰਤ ਹੋਵੇ। ਸਾਰੇ ਜਿਹੜੇ ਪੇਂਟ ਦੀ ਕੁਆਲਿਟੀ ਦੀ ਕੰਪਨੀ ਦਾ ਪੇਂਟ ਚਾਹੀਦਾ ਹੋਵੇ ਜੋ ਵੀ ਕੁਆਲਿਟੀ ਦਾ। ਬਾਕੀ ਇਹਨਾਂ ਕੋਲ ਟੂਕੇ ਪੇਂਟ ਵੀ ਮਿਲ ਜਾਂਦਾ ਗਾ। ਬਾਕੀ ਇਹਨਾਂ ਦੀ ਸਪੈਸ਼ਲ ਇੱਕ ਵੀਡੀਓ ਬਣਾਵਾਂਗੇ ਕਿਸੇ ਦਿਨ ਆਪਾਂ, ਅਤੇ ਜ਼ਰੂਰ ਦੇਖਣੀ। ਮੈਂ ਥੋੜ੍ਹੇ ਦਿਨਾਂ ਦੇ ਵਿੱਚ ਬਣਾਵਾਂਗੇ ਆਪਾਂ ਸਪੈਸ਼ਲ ਵੀਡੀਓ ਪੇਂਟ ਦੇ ਉੱਪਰ ਜਿੱਥੋਂ ਟੂਕੇ ਪੇਂਟ ਅਸੀਂ ਲੈਂਦੇ ਹਾਂ। ਅਤੇ ਆਓ ਚੱਲਦੇ ਹਾਂ, ਬਾਕੀ ਆਪਾਂ ਖਰਾਦ ਵਾਲੇ ਵੀਰ ਕੋਲ ਚੱਲਦੇ ਹਾਂ, ਉੱਥੋਂ ਕੁਝ ਪਾਰਟਸ ਲੈਣਾ ਗਾ। ਚਲੋ ਜੋ ਆਪਣਾ 855 ਦਾ ਪੇਂਟ ਦਾ ਪ੍ਰੋਸੈਸ ਚੱਲ ਰਿਹਾ, ਅੱਜ ਇਸ ਦੀ ਬਾਡੀ ਦੀ ਜੋ ਰਗੜਾ ਰਗੜਾਈ ਚੱਲ ਰਹੀ ਹੈ ਕਿਉਂਕਿ ਜੋ ਪੇਂਟ ਉਤਾਰ ਰਹੇ ਹਾਂ, ਪੁਰਾਣਾ ਪੇਂਟ ਉਤਾਰ ਰਹੇ ਹਾਂ, ਬਾਕੀ ਜੋ ਟੱਕ ਵਗੈਰਾ ਹੁੰਦੇ ਨੇ ਉਹਨਾਂ ਦੀ ਸੈਟਿੰਗ ਕਰੀ ਜਾਂਦੇ ਹਾਂ। ਚਲੋ ਰਗੜ ਕੇ ਅੱਜ ਇਹਦਾ ਅਸਤਰ ਦਾ ਕੋਟ ਲਾਵਾਂਗੇ ਸ਼ਾਮ ਨੂੰ ਆਪਾਂ ਦਾ, ਅਤੇ ਮੁੜ ਕੇ ਜੋ ਅਸਤਰ ਸੁੱਕ ਜੂਗਾ ਉਦੋਂ ਬਾਅਦ ਫਿਰ ਆਪਾਂ ਇਹਦੀ ਸਾਰੀ ਸੈਟਿੰਗ ਫੇਰ ਕਰਾਂਗੇ ਚੰਗੀ ਤਰ੍ਹਾਂ ਵਾਸ਼ ਕਰਕੇ। ਇੱਕ ਆਪਣਾ ਆਰਮ ਰਹੇਗਾ ਕੱਟਣ ਵਾਲਾ, ਇਹ ਵੀ ਕੱਟਾਂਗੇ ਆਪਾਂ ਇਹਨੂੰ।